ਗੱਲ ਉਸ ਵੇਲੇ ਦੀ ਹੈ ਜਦੋਂ ਸੰਤ ਭਿੰਡਰਾਂ ਵਾਲਿਆਂ ਦਾ ਦੀਵਾਨ ਸਜਿਆ ਹੋਇਆ ਸੀ ਤੇ ਇੱਕ ਬੱਚਾ ਵਲ ਵਲ ਕੇ ਸੰਤਾਂ ਵੱਲ ਜਾਏ। ਪਹਿਲਾਂ ਤੇ ਨਾਲ ਦੇ ਸਿੰਘਾਂ ਨੇ ਉਹਨੂੰ ਰੋਕਿਆ, ਜਾਣ ਨਹੀਂ ਦਿੱਤਾ। ਫਿਰ ਸੰਤਾਂ ਨੇ ਇਸ਼ਾਰਾ ਕੀਤਾ ਕਿ ਇਹਨੂੰ ਆਉਣ ਦਿਓ। ਜਦੋਂ ਸੰਤਾਂ ਕੋਲ ਗਿਆ ਤੇ ਸੰਤਾਂ ਨੇ ਨੇੜੇ ਪਏ ਫਲ ਫਰੂਟ ਉਹਨੂੰ ਆਫਰ ਕੀਤੇ ਕਿ ਖਾ ਲੈ। ਉਹਨੇ ਨਾਚ ਸਿਰ ਹਿਲਾਇਆ। ਫਿਰ ਸੰਤਾਂ ਨੇ ਲਾੜ ਨਾਲ ਪੁੱਛਿਆ ਵੀ ਕੀ ਚਾਹੀਦਾ। ਉਹਨੇ ਸੰਤਾਂ ਦੇ ਗਾਤਰੇ ਪਹਿਨੇ ਰਿਵਾਲਵਰ ਨੂੰ ਹੱਥ ਪਾ ਲਿਆ ਕਿ ਆਹ ਚਾਹੀਦਾ। ਸੰਤ ਗਰਜ ਕੇ ਬੋਲੇ, ਆਂਦੇ ਇੱਥੇ ਮੀਡੀਆ ਵੀ ਬੈਠਾ, ਇੱਥੇ ਸਰਕਾਰ ਦੇ ਸੂਹੇ ਵੀ ਬੈਠੇ ਨੇ, ਜਾ ਕੇ ਦੱਸ ਦਿਓ ਹਕੂਮਤਾਂ ਨੂੰ ਜਿਹੜੀ ਕੌਮ ਦਾ ਬੱਚਾ ਬੱਚਾ ਹੱਕਾਂ ਦੀ ਖਾਤਰ ਹਥਿਆਰ ਨੂੰ ਹੱਥ ਪਾਉਣ ਲੱਗ ਪਏ, ਤੁਸੀਂ ਉਹਨੂੰ ਬਹੁਤਾ ਚਿਰ ਗੁਲਾਮ ਨਹੀਂ ਰੱਖ ਸਕਦੇ। ਇਸੇ ਕਰਕੇ ਲਿਖਿਆ, ਉਹ ਕੌਮ ਗੁਲਾਮ ਨਹੀਂ ਰਹਿ ਸਕਦੀ ਜਿਸ ਕੌਮ ਦੇ ਵੀਰ ਦਲੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ, ਬੰਦ ਪਿੰਜਰਿਆਂ 'ਚ ਬਾਜ ਤੇ ਸ਼ੇਰ।